ਗਲੇ ਦੇ ਵਿੱਚ ਨੋਟਾਂ ਦਾ ਹਾਰ ਜਾਂ ਤਾਂ ਲੀਡਰ ਪਾਉਂਦੇ ਹਨ ਜਾਂ ਫਿਰ ਵਿਆਹ ਵਾਲਾ ਲਾੜਾ। ਪਰ ਇਹ ਆਦਮੀ ਨਾ ਤੇ ਲੀਡਰ ਹੈ ਅਤੇ ਨਾ ਹੀ ਲਾੜਾ। ਇਹ ਹਾਲਾਤ ਦਾ ਮਾਰਿਆ ਇੱਕ ਆਮ ਇਨਸਾਨ ਹੈ ਜੋ ਅਪਾਹਜ ਹੈ, ਪਰ ਇਸ ਵਿਅਕਤੀ ਨੇ ਕਦੇ ਆਪਣੀ ਅਪੰਗਤਾ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਭੀਖ ਮੰਗਣ ਦੀ ਬਜਾਏ ਮਿਹਨਤ ਦੇ ਨਾਲ ਆਪਣੇ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਿਆ। ਇਹ ਵਿਅਕਤੀ ਸੜਕ ਦੇ ਇੱਕ ਪਾਸੇ ਨੋਟਾਂ ਦੇ ਹਾਰ ਵੇਚਦਾ ਸੀ, ਪਰ ਨਗਰ ਨਿਗਮ ਦੇ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਇਸ ਵਿਅਕਤੀ ਦਾ ਅੱਡਾ ਹੀ ਖਤਮ ਕਰ ਦਿੱਤਾ ਗਿਆ। ਪਰ ਫਿਰ ਵੀ ਇਸਨੇ ਹਿੰਮਤ ਨਹੀਂ ਹਾਰੀ ਤੇ ਆਪਣਾ ਕੰਮ ਜਾਰੀ ਰੱਖਿਆ। ਭਾਜੀ ਮੈਂ ਨਾ ਰੇੜੀ ਲਾਉਣਾ ਸੀਗਾ ਤੇ ਉਹ ਬਸ ਪਰਚੀ ਪੁਰਚੀ ਕਟਾਉਣਾ ਤੇ ਤਾਂ ਵੀ ਨਹੀਂ ਲੱਗਣ ਦਿੰਦੇ। ਹੁਣ ਮੇਰਾ ਅੱਡਾ ਜੀ, ਹੁਣ ਮੇਰੀ ਘਰਵਾਲੀ ਵੀ ਵਿਕਲਾਂਗ ਹੈਗੀ, ਮੈਂ ਵੀ ਵਿਕਲਾਂਗ ਹੈਗਾ, ਮੇਰਾ 3 ਨਿਆਣੇ ਹੈਗੇ ਤੇ 2 ਕੁੜੀ 1 ਮੁੰਡਾ ਹੈਗਾ ਜੀ, ਤੇ ਮੈਂ ਹੁਣ ਦੱਸੋ ਕਿੱਥੇ ਜਾਵਾਂ ਜੀ। ਇੱਕ ਲੱਤ ਮੇਰੇ ਵੀ ਨਹੀਂ ਹੈਗੀ ਨਾ ਮੇਰੀ ਘਰਵਾਲੀ ਦੀ ਹੈਗੀ ਜੀ, ਅਤੇ ਮੈਂ ਆਪਣੀ ਮਿਹਨਤ ਕਰਦਾ ਪਿਆ ਵਾ। ਇਹ ਦੱਸੋ ਮੈਂ ਭੀਖ ਮੰਗ ਚੰਗਾ ਰਹੂਗਾ ਭਾਅ ਜੀ? ਮੈਂ ਆਪਣੀ ਮਿਹਨਤ ਕਰਦਾ ਪਿਆ ਵਾ, ਬਸ ਇਹੀ ਮੈਂ ਚਾਹੁੰਦਾ ਬਾਈ ਮੈਨੂੰ ਬਣਿਆ ਜਿਹੜਾ ਤੁਸੀਂ ਤੁਹਾਨੂੰ ਇੱਥੇ ਖਲੋਣ ਤੇ ਮਜਬੂਰ ਹੋਣਾ ਭਾਈ। ਬਸ ਇਹ ਕਹਿੰਦੇ ਆਪਣਾ ਇੱਥੇ ਨਾ ਰੋਡ 'ਤੇ ਜਾਮ ਲੱਗਦਾ ਆ ਅਤੇ ਇੱਥੇ ਰੇੜੀ ਲੱਗਣ ਨਹੀਂ ਦੇਣੀ ਕਿਸੇ ਦੀ ਜੀ। ਅਤੇ ਜਾਮ ਤਾਂ ਲੱਗਦਾ ਇਸ ਰੋਡ 'ਤੇ ਭਾਈ? ਹਾਂਜੀ ਭਾਈ, ਜਾਮ ਤਾਂ ਉੱਦਾਂ ਵੀ ਭਾਈ ਲੱਗਦਾ ਹੀ ਹੈਗਾ ਵਾ, ਅਤੇ ਇਹ ਹੈਗਾ ਵਾ ਕਦੇ ਨਹੀਂ ਵੀ ਲੱਗਦਾ, ਕਦੇ ਲੱਗ ਵੀ ਜਾਂਦਾ ਵਾ। ਇਹ ਨਹੀਂ ਹੈਗਾ ਬਾਈ ਸਾਡੇ ਕਰਕੇ ਜਾਮ ਲੱਗਦਾ, ਆਪਾਂ ਤਾਂ ਭਾਅ ਜੀ ਪਿੱਛੇ ਕਰਕੇ ਬੈਠੇ ਆ, ਆਪਾਂ ਰੇੜੀ ਲਾਈ ਹੀ ਆ ਅੱਗੇ ਪਿੱਛੇ ਕੱਢੀ ਦੀ, ਬਸ ਇਹ ਗੱਲ ਹੈਗੀ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।